ਓ ਹੋਲੀ ਆਪਾਂ ਕਰਨਾ ਚਾਹੁੰਦੇ ਹੈਗੇ ਡਰਾਫਟ ਹੈਨਾ ਜਦ ਆਪਾਂ ਕੋਈ ਰੈਕਟੈਂਗਲ ਬਣਾਇਆ ਐਕਸਟਰੂਡ ਕੀਤਾ ਤੇ ਉਦੋਂ ਵੀ ਇੱਥੇ ਡਰਾਫਟ ਦੀ ਆਪਸ਼ਨ ਆਉਂਦੀ ਹੈ ਕਿੰਨੇ ਡਿਗਰੀ ਡਰਾਫਟ ਦੇਣਾ ਚਾਹੁੰਦੇ ਹਾਂ ਆਪਾਂ ਉਹ ਆ ਰਿਹਾ ਪਰ ਦਿੱਕਤ ਕੀ ਹੈ ਚਾਰੋਂ ਸਾਈਡਾਂ ਤੋਂ ਆ ਰਿਹਾ ਮੈਨੂੰ ਚਾਹੀਦਾ ਇੱਕ ਸਿੰਗਲ ਸਾਈਡ ਅਸੀਂ ਕੀ ਕਰਾਂਗੇ ਇੱਕ ਦੁਬਾਰਾ ਰੈਕਟੈਂਗਲ ਬਣਾਉਂਦੇ ਹਾਂ ਇਹਨੂੰ ਡਿਮੈਂਸ਼ਨਾਂ ਦੇ ਸਕਦੇ ਅਤੇ ਇਹਨੂੰ ਬਿਨਾਂ ਡਰਾਫਟ ਦਿੱਤੇ ਐਕਸਟਰੂਡ ਕਰ ਲਿਆ ਠੀਕ ਹੈ ਮਾੜਾ ਸਾਡੇ ਕੋਲ ਡਰਾਫਟ ਕੀ ਕਹਿੰਦਾ ਹੈ ਉਹ ਹੋਲੀ ਹੈ ਸਭ ਤੋਂ ਪਹਿਲਾਂ ਹੈ ਵੈਕਟਰ ਡਾਇਰੈਕਸ਼ਨ ਕਿਹੜੀ ਡਾਇਰੈਕਸ਼ਨ ਵੱਲ ਨੂੰ ਡਰਾਫਟ ਦੇਣਾ ਫਿਰ ਇੱਥੇ ਆ ਰਿਹਾ ਸਟੇਸ਼ਨਰੀ ਫੇਸ ਆ ਫੇਸ ਫੇਸ ਟੂ ਡਰਾਫਟ ਕਿਹੜੇ ਫੇਸ ਨੂੰ ਡਰਾਫਟ ਦੇਣਾ ਜਿਹੜਾ ਸਟੇਸ਼ਨਰੀ ਫੇਸ ਹੋਊਗਾ ਉਹ ਫਿਕਸ ਰਹਿੰਦਾ ਜੇ ਦੋ ਫੇਸ ਸਿਲੈਕਟ ਕਰਨਾ ਮੇਰਾ ਦੋ ਡਰਾਫਟ ਜੇ ਅਸੀਂ ਡਰਾਫਟ ਦੇ ਵਿੱਚ ਸਟੇਸ਼ਨਰੀ ਫੇਸ ਆ ਦੇਈਏ ਤੇ ਫੇਸ ਟੂ ਡਰਾਫਟ ਆ ਦੇ ਤਾਂ ਇੱਦਾਂ ਜੇ ਇੱਥੇ ਇੱਕ ਪਲੇਨ ਬਣਾਇਆ ਹੁੰਦਾ ਠੀਕ ਤੇ ਫਿਰ ਇਹਨੂੰ ਡਰਾਫਟ ਦਿੰਦੇ ਅਸੀਂ ਸਟੇਸ਼ਨਰੀ ਫੇਸ ਫੇਸ ਟੂ ਡਰਾਫਟ ਉਹਦੇ ਅਕੋਰਡਿੰਗ ਵੀ ਉਸ ਜਗ੍ਹਾ 'ਤੇ ਉਨੇ ਹੀ ਡਿਮੈਂਸ਼ਨ ਹੁੰਦੀ ਹੈ ਉਹਦੇ ਤੋਂ ਡਰਾਫਟ ਯਾਨੀ ਸਟੇਸ਼ਨਰੀ ਫੇਸ ਕਿਹੜਾ ਇਹ ਸੀਗਾ ਫਰੋਮ ਪਲੇਨ ਔਰ ਸਰਫੇਸ ਜਾਂ ਤਾਂ ਕਿਸੇ ਪਲੇਨ ਤੋਂ ਡਰਾਫਟ ਦੇਣਾ ਚਾਹੁੰਦੇ ਹਾਂ ਜਾਂ ਕਿਸੇ ਸਰਫੇਸ ਤੋਂ ਡਰਾਫਟ ਦੇਣਾ ਚਾਹੁੰਦੇ ਹਾਂ।